subscribe our channel for latest updates. ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਾਂਗਰਸ ਖਿਲਾਫ ਸ਼ੁਰੂ ਕੀਤੀ ਗਈਆਂ ਪੋਲ ਖੋਲ ਰੈਲੀਆਂ ਲਗਾਤਾਰ ਜਾਰੀ ਨੇ ਤੇ ਇਹ ਰੈਲੀਆਂ ਪੰਜਾਬ ਦੇ ਹਰ ਜ਼ਿਲ੍ਹੇ 'ਚ ਕੀਤੀਆਂ ਜਾ ਰਹੀਆਂ ਨੇ ਤੇ ਪੰਜਾਬ ਦੀ ਜਨਤਾ ਵੀ ਇਹਨਾਂ ਰੈਲੀਆਂ 'ਚ ਵੱਧ ਚੜ੍ਹ ਕੇ ਹਿੱਸਾ ਲੈ ਰਹੀ ਹੈ। ਇਹਨਾਂ ਰੈਲੀਆਂ 'ਚ ਸੁਖਬੀਰ ਸਿੰਘ ਬਾਦਲ 'ਚ ਇੰਨਾ ਗੁੱਸਾ ਵੇਖਣ ਨੂੰ ਮਿਲ ਰਿਹਾ ਕਿ ਉਹ ਕਿਸੇ ਨੂੰ ਵੀ ਬਖਸ਼ ਨਹੀਂ ਰਹੇ, ਚਾਹੇ ਉਹ ਕਾਂਗਰਸ ਪਾਰਟੀ ਦੇ ਵਿਧਾਇਕ ਹੋਣ ਭਾਵੇਂ ਆਮ ਆਦਮੀ ਪਾਰਟੀ ਦੇ ਵਿਧਾਇਕ। ਇਸ ਦੌਰਾਨ ਲੁਧਿਆਣਾ ਸ਼ਹਿਰ ਦੇ ਕੋਲ ਸਥਿਤ ਪਿੰਡ ਮੁੱਲਾਪੁਰ 'ਚ ਆਯੋਜਿਤ ਇੱਕ ਰੈਲੀ 'ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਨੂੰ ਬਾਂਦਰ ਕਹਿ ਦਿੱਤਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ HS ਫੁਲਕਾ ਦੇ ਲਈ ਬਾਦਲ ਨੇ ਪਰੌਂਠਾ ਸ਼ਬਦ ਦਾ ਇਸਤੇਮਾਲ ਕੀਤਾ। ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈਆਂ ਯੋਜਨਾਵਾਂ ਨੂੰ ਜਾਣ ਬੁੱਝ ਕੇ ਬੰਦ ਕਰ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕੋਲ ਹੁਣ ਸਿਰਫ ਇੱਕ ਸਾਲ ਹੀ ਰਹਿ ਗਿਆ ਕਿਉਂਕਿ ਮੋਦੀ ਸਰਕਾਰ ਹੁਣ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਇਕੱਠੀਆਂ ਕਰਵਾਉਣ ਦਾ ਆਪਣਾ ਮਨ ਬਣਾ ਚੁੱਕੀ ਹੈ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਇੱਕ ਪੰਡਿਤ ਨੇ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਦੇਖ ਕੇ ਇਹ ਤੱਕ ਕਹਿ ਦਿੱਤਾ ਕਿ ਇਸ ਵਾਰ ਉਹਨਾਂ ਦਾ ਰਾਜ ਕੇਵਲ 2 ਸਾਲ ਤੱਕ ਹੀ ਰਹੇਗਾ। ਬਾਦਲ ਦੇ ਮੁਤਾਬਿਕ ਕੈਪਟਨ ਜਿੰਨੀਆਂ ਵੀ ਰੈਲੀਆਂ ਕਰ ਰਹੇ ਨੇ ਉੱਥੇ ਉਹਨਾਂ ਨੂੰ ਸੁਣਨ ਦੇ ਲਈ ਲੋਕ ਇਕੱਠੇ ਨਹੀਂ ਹੋ ਰਹੇ ਅਤੇ ਉਹ ਬਿਨਾਂ ਰੈਲੀਆਂ ਕੀਤੇ ਹੀ ਚਲੇ ਜਾਂਦੇ ਨੇ। ਜਿੱਥੇ ਲੱਖਾਂ ਲੋਕਾਂ ਨੂੰ ਸਹੂਲਤ ਹੋਏ, 200 ਕਰੋੜ ਦਾ ਸੀ ਮਿੰਟਾਂ 'ਚ ਯਾਲੀ ਨੇ, ਮੈਨੂੰ ਲੱਗਦਾ 200 ਕਰੋੜ ਦਾ ਪਾਰਕਾਂ 'ਚ ਲਾਤਾ ਹੋਣਾ, ਮੈਨੂੰ ਲੱਗਦਾ 40 ਕਰੋੜ। ਅਸੀਂ ਤਾਂ ਇਹਨਾਂ ਨੇ, ਕਿਉਂਕਿ ਇਹਨਾਂ ਨੇ ਆ ਕਿਹਾ ਕਿ ਸੇਵਾ ਕੇਂਦਰ ਦਾ ਮਤਲਬ ਹੈ ਅਕਾਲੀ ਦਲ ਦੀ ਨਿਸ਼ਾਨੀ ਲੱਗੂਗੀ। ਆਹ ਕੋਈ ਅਕਾਲੀ ਦਲ ਦੀ ਨਹੀਂ, ਆਹ ਤਾਂ ਲੋਕਾਂ ਦੀ ਨਿਸ਼ਾਨੀ ਹੈ, ਲੋਕਾਂ ਦੀ ਸਹੂਲਤ ਵਾਸਤੇ ਹੈ। ਉਵੇਂ ਤੁਸੀਂ ਦੇਖੋ, ਅਸੀਂ ਵਿਰਾਸਤ ਏ ਖਾਲਸਾ ਬਣਾਇਆ, ਸਿੱਖ ਕੌਮ ਦੀ ਯਾਦਗਾਰਾਂ ਬਣਾਈਆਂ, ਤੇ ਇਹਨਾਂ ਦਾ ਬਾਂਦਰ ਜਾਂ ਮੰਤਰੀ ਹੈ ਨਵਜੋਤ ਸਿੱਧੂ, ਉਹ ਕੀ ਕਹਿੰਦਾ, ਉਹ ਕੀ ਕਹਿੰਦਾ, ਕਹਿੰਦਾ ਚਿੱਟਾ ਹੱਥੀ ਹੈ। ਹੁਣ ਵਿਰਾਸਤ ਏ ਖਾਲਸਾ ਸਿੱਖ ਕੌਮ ਦੀ ਵਿਰਾਸਤ ਨੂੰ ਚਿੱਟਾ ਹੱਥੀ ਕਹਿੰਦੇ ਆ। ਤੁਸੀਂ ਦੇਖ ਲਓ ਦਰਬਾਰ ਸਾਹਿਬ ਤੁਸੀਂ ਜਾਂਦੇ ਹੋ, ਮੈਂ ਪਰਮਾਤਮਾ ਦੀ ਬਖਸ਼ਿਸ਼ ਨਾਲ, ਉਹ ਕਿੰਨੀ ਸੋਹਣੀ ਸਜਾਈ ਉਹ ਸਾਰੀ ਰਸਤੇ ਸੜਕ, ਮੈਂ ਪੂਰਾ 6-8 ਮਹੀਨੇ ਲਾ ਕੇ ਆਪ ਅਸੀਂ ਬਹਿ ਕੇ ਉਹ ਸਾਰਾ ਗੁਰੂ ਘਰ ਦੇ ਚਾਰੋਂ ਤਰਫ ਇੰਨਾ ਸਜਾਇਆ। ਤੇ ਨਵਜੋਤ ਸਿੱਧੂ ਨੇ ਆਉਣ ਸਾਰ ਜਿਹੜੇ ਅਸੀਂ ਲੋਕੀ ਰੱਖੇ ਸੀ, ਕੰਪਨੀ ਰੱਖੀ ਸੀ ਸਾਫ ਸਫਾਈ ਕਰਨ ਵਾਸਤੇ, ਲਾਈਟਾਂ ਦਾ ਰਿਪੇਅਰ ਕਰਨ ਵਾਸਤੇ, ਨਵਜੋਤ ਸਿੱਧੂ ਨੇ ਉਹਨਾਂ ਨੂੰ ਤਨਖਾਹ ਨਹੀਂ ਦਿੱਤੀ ਤੇ ਕੰਪਨੀ ਵਾਲੇ ਭੱਜ ਗਏ ਤੇ ਅੱਜ ਗੰਦ ਪੈਣ ਲੱਗ ਗਿਆ। ਤੇ ਫਿਰ ਮੈਂ ਅਕਾਲੀ ਦਲ ਦੇ ਵਰਕਰਾਂ ਨੂੰ ਕਿਹਾ ਉੱਥੋਂ ਦੇ ਸ਼ਹਿਰ ਦੇ ਨੂੰ ਕਿ ਤੁਸੀਂ ਸਫਾਈ ਕਰੋ ਗੁਰੂ ਘਰ ਦੀ ਜੇ ਸਰਕਾਰ ਨਹੀਂ ਕਰਾਉਂਦੀ, ਕਿਉਂਕਿ ਉਹ ਸੋਚਦੇ ਕਿ ਆਹ ਸੁਖਬੀਰ ਬਾਦਲ ਨੇ ਅਕਾਲੀ ਦਲ ਸਰਕਾਰ ਨੇ ਕਿਉਂ ਬਣਾਇਆ ਵਿਰਾਸਤੇ ਖਾਲਸਾ। ਆਹ ਤਾਂ ਸੋਚ ਇਹਨਾਂ ਦੀ ਯਾਰ, ਮੈਂ ਤੁਹਾਨੂੰ ਦੱਸਿਆ ਸਾਡੇ ਮੇਰੇ ਮਨ 'ਚ ਬੜਾ ਸੁਪਨਾ ਸੀ, ਪਰਮਾਤਮਾ ਮਿਹਰ ਕਰਦਾ ਆਪਣੀ ਸਰਕਾਰ 5 ਸਾਲ ਹੋਰ ਆ ਜਾਂਦੀ। ਮੈਂ ਤੁਹਾਨੂੰ ਕਹਿੰਦਾ ਤੁਸੀਂ ਅਮਰੀਕਾ ਕਨੇਡਾ ਨੂੰ ਭੁੱਲ ਜਾਣਾ ਸੀ, ਅਸੀਂ ਇਹ ਜੀ ਸੋਚ ਲੈ ਕੇ ਚੱਲੇ ਸੀ। ਉਹ ਕਾਂਗਰਸ ਹੀ ਤੁਹਾਡੇ ਤਾਂ 1 ਸਾਲ ਲੱਗਿਆ, ਮੈਂ ਤਾਂ ਇਹੋ ਕਿਹਾ ਸੀ, ਮੈਂ ਕਿਹਾ ਜੇ ਹਿੰਮਤ ਹੈ ਤੁਸੀਂ ਵੀ ਆ ਦਿਓ ਮੈਦਾਨ 'ਚ, ਤੁਸੀਂ ਵੀ ਰੈਲੀਆਂ ਕਰੋ, ਦੇਖੋ ਤੁਹਾਡੇ ਕੋਲੇ ਕਿੰਨੇ ਬੰਦੇ ਇਕੱਠੇ ਕਰਦੇ ਆ। ਮੁੱਖ ਮੰਤਰੀ ਜੀ ਹੁਣੇ ਕੱਲ ਪਰਸੋਂ ਤੋਂ ਅਖਬਾਰ ਪੜ੍ਹਿਆ ਹੋਣਾ, ਅੰਮ੍ਰਿਤਸਰ ਪਹਿਲੀ ਵਾਰ 1 ਸਾਲ 'ਚ ਆਪਣੇ ਘਰੋਂ ਨਿਕਲੇ ਤੇ ਅੰਮ੍ਰਿਤਸਰ ਗਏ, ਕਾਂਗਰਸੀ ਸਹੁਰੇ ਆ ਨਵਜੋਤ ਸਿੱਧੂ ਮੈਂਟਲ ਜਿਹਾ ਜਿਹੜਾ ਹੈਗਾ ਉਹ ਵੀ ਨਾਲ ਪਿੱਛੇ ਪਿੱਛੇ ਉਹਦੇ, ਤੇ ਜੋ ਗਏ ਸਟੇਜ ਤੇ, ਚੜੇ ਸਟੇਜ ਤੇ, ਦੇਖਿਆ ਖਾਲੀ ਕੁਰਸੀਆਂ, ਮੁੱਖ ਮੰਤਰੀ ਨੇ ਭਾਸ਼ਣ ਹੀ ਦਿੱਤਾ, ਨਾਲੇ ਨਵਜੋਤ ਨੂੰ ਗਾਲਾਂ ਕੱਢੀਆਂ ਤੇ ਚੁੱਪ ਕਰਕੇ ਵਾਪਸ ਚਲੇ ਗਏ, ਬੋਲੇ ਨਹੀਂ ਕਿਉਂਕਿ ਬੰਦੇ ਹੀ ਹੈਨੀ ਸੀ ਅੱਗੇ। ਆ ਟੋਪੀ ਵਾਲੇ ਤਾਂ ਜਮਾਂ ਹੀ ਆਪਣਾ ਬੋਰੀ ਬਿਸਤਰਾ ਬੰਦ ਕਰ ਲਿਆ ਇਹਨਾਂ ਨੇ, ਫੁਲਕਾ ਸਾਹਿਬ ਤਾਂ ਦਿੱਲੀ ਚਲੇ ਗਏ, ਉਹ ਤਾਂ ਆਪਣੀ ਵਕਾਲਤ ਕਰਨ ਲੱਗ ਗਏ। ਯਾਰ ਤੁਸੀਂ ਵੀ, ਮੈਂ ਤਾਂ ਸੋਚਿਆ ਸੀ ਫੁਲਕੇ ਦਾ ਪਰੌਂਠਾ ਬਣਾ ਦੋਗੇ ਤੁਸੀਂ, ਪਰ ਤੁਸੀਂ ਵੀ ਯਾਰ, ਮੈਂ ਤੁਹਾਨੂੰ ਦੱਸਾਂ ਇਹਦੇ ਵਰਗਾ ਨਾ, ਮੈਂ ਕਹਿ ਰਿਹਾ ਸੀ ਰਾਜ, ਮੈਂ ਕਿਹਾ ਅਯਾਲੀ ਵਰਗਾ ਨਾ ਉਹ ਰੂਰਲ ਡਿਵੈਲਪਮੈਂਟ ਮਿਨਿਸਟਰ ਚਾਹੀਦਾ, ਅਯਾਲੀ ਵਰਗਾ ਜਿਹਨੂੰ ਐ ਦਰਦ ਹੋਏ, ਜਿਹਨੂੰ ਜਿਹਨੂੰ ਪਤਾ ਹੋਏ, ਜਿਹਨੂੰ ਦਿਲੋਂ ਸ਼ੌਂਕ ਹੈ। ਯਾਰ ਸਾਡੀ ਜਿਹੜੀ ਟੀਮ ਹੈ, ਨੌਜਵਾਨਾਂ ਦੀ ਟੀਮ ਹੈ, ਐ ਕਰੰਟ ਹੈ ਪੂਰਾ ਸਾਡੇ 'ਚ, ਸਾਡਾ ਤਾਂ ਭਮੀਰੀ ਮੰਗੂ ਮੈਂ ਦੱਸ ਰਿਹਾ ਸੀ। ਅੱਜ ਮੈਂ ਆ ਰਿਹਾ ਸੀ ਚਾਰੋਂ ਤਰਫ ਤੇ ਮੇਰੇ ਤੇ ਅੱਗੇ ਹਲੇ ਵੀ ਹੂਟਰ ਹਾਟਰ ਦੇ ਉਹ ਜਿਹਾ ਲੱਗਦੇ ਰੂਟ ਰਾਟ,
ਔਰ ਲੋਕੀ ਕਈ ਪੁੱਟ ਪੁੱਛਿਆ, ਉਹ ਕਹਿੰਦੇ ਅਸੀਂ ਸੋਚਿਆ ਸੀ ਕੈਪਟਨ ਸਾਹਿਬ ਜ਼ਿਆਦਾ, ਇੱਥੇ ਤਾਂ ਸੁਖਬੀਰ ਤੁਰਿਆ ਫਿਰਦਾ। ਮੈਂ ਕਿਹਾ ਕੈਪਟਨ ਸਾਹਿਬ ਨੇ ਨਹੀਂ, ਹੁਣ ਇਕੱਲਾ ਹੀ ਮੈਂ ਹਾਂ ਪੰਜਾਬ 'ਚ, ਤੁਹਾਡੇ ਪੂਰੇ ਚਾਰੋਂ ਤਰਫ ਮੈਂ ਹੀ ਘੁੰਮੀ ਜਾਂਦਾ। ਲੁਧਿਆਣਾ ਤੋਂ ਅਨੁਪਮ ਹਿੰਦਰੂ ਦੀ ਰਿਪੋਰਟ, ਚੈਨਲ ਪੰਜਾਬ ਨਿਊਜ਼।